ਤਾਂ ਸ਼ਾਇਦ ਇਹ ਵਰਤਾਰਾ ਇਸ ਢੰਗ ਨਾਲ ਨਾ ਹੁੰਦਾ। ਸੰਨ 1984 ਦਾ ਜੋ ਵਰਤਾਰਾ ਹੈ ਉਹ ਸਿੱਖਾਂ ਦੇ ਜ਼ਿਹਨ ਚੋਂ ਰਹਿੰਦੀਆਂ ਸਦੀਆਂ ਤੱਕ ਨਹੀਂ ਨਿਕਲ ਸਕਦਾ। ਉਹ ਜਿਹੜੇ ਢੰਗ ਨਾਲ ਹੋਇਆ, ਜੋ ਗੁਰਧਾਮਾਂ ਦੀ ਬੇਅਦਬੀ ਹੋਈ, ਜੋ ਚੜ੍ਹਦੀ ਕਲਾ ਵਾਲੇ ਸਿੱਖਾਂ ਦਾ ਜੀਵਨ ਬਰਬਾਦ ਕੀਤਾ ਗਿਆ ਔਰ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ ਗਿਆ ਔਰ ਸੈਂਕੜੇ ਕੀ ਹਜ਼ਾਰਾਂ ਜਿਹੜੇ ਅਣਭੋਲ ਸਿੱਖ ਸੀ ਜਿਨ੍ਹਾਂ ਨੂੰ ਅੱਤਵਾਦੀ ਜਾਂ ਗਲਤ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਸਰਕਾਰੀ ਤੌਰ 'ਤੇ ਤੰਗ ਪਰੇਸ਼ਾਨ ਕੀਤਾ ਗਿਆ ਜਾਂ ਉਹਨਾਂ ਦਾ ਜੀਵਨ ਬਰਬਾਦ ਕੀਤਾ ਗਿਆ। ਇਸ ਦੁੱਖ ਨੂੰ ਸ਼ਾਇਦ ਹੀ ਕੋਈ ਹਿਰਦਾ ਹੋਵੇਗਾ, ਚਾਹੇ ਸਿੱਖ ਹੋਵੇ ਚਾਹੇ ਗੈਰ ਸਿੱਖ ਹੋਵੇ, ਜਿਹਦੇ ਕੋਲ ਹਿਰਦਾ ਉਹਦੇ ਅੰਦਰ ਇਸ ਮੁੱਦੇ ਉੱਤੇ ਜਾਂ ਇਸ ਸਮੇਂ ਨੂੰ ਯਾਦ ਕਰਕੇ ਹਿਰਦੇ 'ਚ ਦੁੱਖ ਦਾ ਪ੍ਰਗਟਾਵਾ ਜ਼ਰੂਰ ਹੁੰਦਾ। ਪਰ ਇਸ 84 ਦੇ ਫਲਸਫੇ ਵਿੱਚ ਸਿੱਖਣ ਨੂੰ ਕੀ ਮਿਲਿਆ? ਸਾਡੇ ਧਰਮ ਦਾ ਨਾਮ ਸਿੱਖ ਰੱਖਿਆ ਗੁਰੂ ਨਾਨਕ ਦੇਵ ਜੀ ਨੇ, ਪਰ ਸਾਡੀ ਸਥਿਤੀ ਅੱਜ ਇੰਨੀ ਕੁ ਡਾਵਾਂਡੋਲ ਹੋ ਚੁੱਕੀ ਆ ਕਿ ਅਸੀਂ ਸਿੱਖਣ ਦੀ ਕਲਾ ਹੀ ਭੁੱਲ ਗਏ। ਇਹਦੇ ਚੋਂ ਦੋ ਬਹੁਤ ਗੂੜੇ ਜਿਹੜੇ ਤਜਰਬੇ ਕਹਿ ਲਓ ਜਾਂ ਸਮਝ ਕਹਿ ਲਓ ਜਾਂ ਫਲਸਫੇ ਨਿਕਲਦੇ ਨੇ। ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਲੜਨ ਦੀ ਕਲਾ ਸੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚੱਲਦਿਆਂ ਚੱਲਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਰੂਪ ਦਿੱਤਾ ਸੀ ਯੁੱਧ ਲੜਨ ਦੀ ਕਲਾ। ਗੱਤਕਾ ਜਾਂ ਮਾਰਸ਼ਲ ਆਰਟ ਕਹਿ ਲਓ, ਉਹ ਕਲਾ ਸਿੱਖੀ 'ਚ ਸਿਖਾਈ ਜਾਂਦੀ ਸੀ, ਪਰ ਕਿਉਂਕਿ ਅਸੀਂ ਉਹ ਫਲਸਫੇ ਤੋਂ ਦੂਰ ਹੋ ਗਏ, ਉਹ ਕਲਾ ਜੇ ਸਿੱਖੀ ਹੁੰਦੀ ਸਿੱਖਾਂ ਨੇ ਤਾਂ ਉਹ ਚੰਦ ਜਿਹੜੇ ਟਰੱਕਾਂ 'ਤੇ ਕਿਸੇ ਬਾਹਰਲੇ ਦੇਸ਼ਾਂ 'ਚੋਂ ਜਾਂ ਨੇਪਾਲ ਵਰਗੇ ਟਿਕਾਣਿਆਂ ਤੋਂ ਜਾਂ ਹੋਰ ਸਟੇਟਾਂ 'ਚੋਂ ਪਹਾੜੇ ਦੇ ਜਿਹੜੇ ਕੱਟੂ ਇਕੱਠੇ ਕਰਕੇ ਲਿਆਉਂਦੇ ਸੀ, ਉਹ ਇੰਨਾ ਬੁਰਾ ਵਰਤਾਰਾ ਸਾਡੇ ਸਿੱਖਾਂ ਨਾਲ ਕਰ ਨਹੀਂ ਸਕਦੇ ਸੀ। ਜੇ ਸਿੱਖਾਂ ਦੇ ਵਿੱਚ ਉਹ ਜ਼ੁਰਤ, ਉਹ ਕਲਾ, ਉਹ ਸਰੀਰ ਦੇ ਵਿੱਚ ਗੁਣ ਹੁੰਦਾ ਤਾਂ ਉਹ ਉਹਨਾਂ ਦੇ ਆਉਣ ਤੋਂ ਪਹਿਲਾਂ ਅੱਗੇ ਵੱਧ ਕੇ ਆਪ ਟਾਕਰਾ ਕਰਨ ਲਈ ਬਾਹਰ ਆ ਜਾਂਦੇ, ਔਰ ਜੇ ਇੱਕ ਵਾਰੀ ਟਾਕਰਾ ਹੋ ਜਾਂਦਾ ਤਾਂ ਦੁਬਾਰਾ ਉਹਨਾਂ ਦਾ ਹੌਸਲਾ ਨਹੀਂ ਪੈਣਾ ਸੀ। ਪਰ ਇੱਥੇ ਸਥਿਤੀ ਉਲਟ ਸੀ ਕਿ ਸਿੱਖ ਉਹਨਾਂ ਤੋਂ ਬਚਣ ਦੇ ਲਈ ਲੁਕ ਰਹੇ ਸੀ, ਪਰ ਜਦੋਂ ਕੋਈ ਡਰ ਕੇ ਲੁਕ ਰਿਹਾ ਹੋਵੇ ਤਾਂ ਅਗਲੇ ਨੂੰ ਪਤਾ ਹੁੰਦਾ ਵੀ ਡਰ ਗਿਆ, ਪਰ ਜੇ ਬਾਹਰ ਮੁਕਾਬਲੇ 'ਤੇ ਆ ਜਾਏ ਤਾਂ ਅਗਲਾ ਵੀ ਡਰਦਾ ਪਿੱਛੇ ਹਟ ਜਾਂਦਾ। ਮੈਂ ਉਹ ਤਮਾਮ ਲੋਕ ਜਿਨ੍ਹਾਂ ਨਾਲ ਉਸ ਸਮੇਂ ਜੋ ਵੀ ਵਰਤਾਰਾ ਹੋਇਆ ਉਹਨਾਂ ਦੇ ਦੁੱਖ ਨੂੰ ਦਿਲ ਦੇ ਵਿੱਚ ਅਹਿਸਾਸ ਕਰਦਾ ਹੋਇਆ ਉਹਨਾਂ ਪਰਿਵਾਰਾਂ ਦੇ ਨਾਲ ਆਪਦੇ ਦੁੱਖ ਦੀ ਸਾਂਝ ਜ਼ਰੂਰ ਪਾਉਂਦਾ। ਕੋਈ ਉਹਨਾਂ ਦੇ ਉੱਤੇ ਕਟਾਕਸ਼ ਨਹੀਂ, ਪਰ ਸਮੇਂ ਦੇ ਨਾਲ ਜੇ ਅਸੀਂ ਉਸ ਵਿਧੀ ਨੂੰ ਸਮਝਿਆ ਹੁੰਦਾ ਜੋ ਗੁਰੂ ਸਾਹਿਬ ਨੇ ਦਿੱਤੀ ਆ ਤਾਂ ਸ਼ਾਇਦ ਇਹ ਵਰਤਾਰਾ ਇਸ ਢੰਗ ਨਾਲ ਨਾ ਹੁੰਦਾ।
ਇਸੇ ਤਰ੍ਹਾਂ ਇੱਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੀ ਵਿਸਾਖੀ ਆਉਂਦੀ ਆ ਕਿ ਉਹ ਵਿਚਰਦਿਆਂ ਭਾਈ ਮਰਦਾਨਾ ਜੀ ਦੇ ਨਾਲ ਇੱਕ ਨਗਰ ਦੇ ਵਿੱਚ ਪਹੁੰਚੇ। ਉਸ ਨਗਰ ਵਾਸੀਆਂ ਨੇ ਜੋ ਸਾਧੂ ਜਾਣ ਕੇ ਵੀ ਉਹਨਾਂ ਦੀ ਵੀ ਸੇਵਾ ਆਓ ਭਗਤ ਜਾਂ ਕੋਈ ਪ੍ਰਸ਼ਾਦੇ ਪਾਣੀ ਦੀ ਪੁੱਛ ਗਿੱਛ ਨਹੀਂ ਕੀਤੀ। ਰਾਤ ਕੱਟਣ ਤੋਂ ਬਾਅਦ ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਥੋਂ ਚਾਲੇ ਪਾਉਣ ਲੱਗੇ ਤਾਂ ਪਿੰਡ ਵੱਲ ਨਿਗਾਹ ਕਰਕੇ ਕਹਿੰਦੇ ਕਿ ਵੱਸਦੇ ਰਹੋ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਸਮਾਂ ਐਸਾ ਆਇਆ ਕਿ ਕਿਸੇ ਨਗਰ ਦੇ ਵਿੱਚ ਪਹੁੰਚੇ ਔਰ ਉਸ ਨਗਰ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਆਓ ਭਗਤ ਕੀਤੀ, ਸੇਵਾ ਕੀਤੀ। ਅਤੇ ਉਸ ਸਮੇਂ ਜਦੋਂ ਨਗਰ ਨੂੰ ਛੱਡ ਕੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਚੱਲਣ ਲੱਗੇ ਤਾਂ ਪਿੰਡ ਵੱਲ ਨਿਗਾਹ ਕਰਕੇ ਕਹਿੰਦੇ ਵੀ ਉੱਜੜ ਜਾਓ। ਭਾਈ ਮਰਦਾਨਾ ਜੀ ਜਦੋਂ ਪਹਿਲੀ ਵਾਰ ਵੱਸਦੇ ਰਹੋ ਕਿਹਾ ਸੀ ਉਦੋਂ ਤੱਕ ਤਾਂ ਉਹਨਾਂ ਨੂੰ ਇਹੀ ਮਨ ਦੇ ਵਿੱਚ ਖਿਆਲ ਸੀ ਕਿ ਧਾਰਮਿਕ ਰਹਿਬਰ ਨੇ ਸਾਨੂੰ ਵਸਣ ਦੀ ਜਿਹੜੀ ਉਹ ਤਾਕੀਦ ਕਰਦੇ ਆ, ਆਸ਼ੀਰਵਾਦ ਦਿੰਦੇ ਆ। ਜਦੋਂ ਭਲੇ ਲੋਕਾਂ ਦੇ ਉਸ ਪਿੰਡ ਬਾਰੇ ਉੱਜੜ ਜਾਓ ਦੀ ਗੱਲ ਆਖੀ ਤਾਂ ਭਾਈ ਮਰਦਾਨਾ ਜੀ ਦੇ ਅੰਦਰ ਇੱਕ ਗਹਿਰਾ ਸਵਾਲ ਪੈਦਾ ਹੁੰਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਭਾਈ ਮਰਦਾਨਾ ਜੀ ਬੇਨਤੀ ਕਰਦੇ ਆ ਕਿ ਪਾਤਸ਼ਾਹ ਜੀ ਇਹ ਕੀ ਵਰਤਾਰਾ, ਇਹ ਕੀ ਚੋਜ ਹੈ, ਮੇਰੀ ਸਮਝ ਤੋਂ ਬਾਹਰ ਹੈ ਕਿ ਜਿਹੜੇ ਲੋਕਾਂ ਨੇ ਸਾਨੂੰ ਅੰਨ ਪਾਣੀ ਨੇ ਪੁੱਛਿਆ, ਰਹਿਣ ਨੂੰ ਰਾਤ ਨੂੰ ਕੋਈ ਪ੍ਰਬੰਧ ਨਹੀਂ ਕਰਕੇ ਦਿੱਤਾ, ਉਹਨਾਂ ਨੂੰ ਤੁਸੀਂ ਕਿਹਾ ਵੱਸਦੇ ਰਹੋ, ਔਰ ਜਿਹੜੇ ਸਾਡੇ ਅੱਗੇ ਪਿੱਛੇ ਫਿਰਦੇ ਰਹੇ, ਸੇਵਾ ਕੀਤੀ, ਸਾਡਾ ਰਹਿਣ ਦਾ ਰਾਤ ਦਾ ਪ੍ਰਬੰਧ ਕੀਤਾ, ਉਹਨਾਂ ਨੂੰ ਤੁਸੀਂ ਆਖ ਰਹੇ ਹੋ ਉੱਜੜ ਜਾਓ। ਤਾਂ ਗੁਰੂ ਸਾਹਿਬ ਉੱਥੋਂ ਇੱਕ ਬਹੁਤ ਸੋਹਣੇ ਫਲਸਫੇ ਬਾਰੇ ਦੱਸਦੇ ਆ, ਕਹਿੰਦੇ ਜਿਹੜੀ ਗੰਦੀ ਸੋਚ, ਗੰਦੇ ਲੋਕ ਹੁੰਦੇ ਨੇ ਇਹ ਇੱਕ ਜਗ੍ਹਾ ਟਿਕੇ ਆ, ਟਿਕੇ ਰਹਿਣੇ ਹੀ ਚੰਗੇ ਨੇ, ਪਰ ਜਿਹੜੇ ਚੰਗੇ ਲੋਕ ਨੇ, ਚੰਗੀ ਸੋਚ ਵਾਲੇ ਨੇ, ਇਹਨਾਂ ਦਾ ਜਦੋਂ ਤੱਕ ਉਜਾੜਾ ਨਹੀਂ ਹੋਊਗਾ ਇਹ ਹੋਰ ਥਾਂ 'ਤੇ ਜਾਣਗੇ ਨਹੀਂ। ਜੇ ਹੋਰ ਜਗ੍ਹਾ 'ਤੇ ਜਾਣਗੇ ਤਾਂ ਫਿਰ ਹੀ ਜਾ ਕੇ ਉਹ ਜਿਹੜਾ ਉਹ ਸੱਚਾਈ ਦਾ, ਚੰਗਿਆਈ ਦਾ ਜਿਹੜਾ ਉਹ ਪ੍ਰਸਾਰ ਹੋਊਗਾ। ਉਸੇ ਫਲਸਫੇ ਦਾ ਇੱਕ ਕੜੀ ਸੀ ਜਿਹੜਾ 84 ਦਾ ਵਰਤਾਰਾ। 84 ਦੇ ਵਰਤਾਰੇ 'ਚ ਜੋ ਸਰਕਾਰੀ ਤੰਤਰ ਦੁਆਰਾ ਧੱਕਾ ਆਮ ਲੋਕਾਂ ਦੇ ਨਾਲ ਜਾਂ ਸਿੱਖਾਂ ਦੇ ਨਾਲ ਹੋਇਆ, ਉਸ ਤੋਂ ਬਾਅਦ ਜੋ ਮਾਹੌਲ ਬਣਿਆ, ਉਸ ਮਾਹੌਲ ਦੇ ਵਿੱਚ ਪੰਜਾਬ ਦੇ ਬਹੁਗਿਣਤੀ ਲੋਕ, ਸਿੱਖ ਔਰ ਦੂਜੀਆਂ ਸਟੇਟਾਂ ਦੇ ਵਿੱਚੋਂ ਵੀ ਜਿਹੜੇ ਸਿੱਖ ਸੀ ਉਹਨਾਂ ਨੇ ਪ੍ਰਵਾਸ ਕਰਨਾ, ਦੂਜੇ ਦੇਸ਼ਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ। ਇਸ ਵਰਤਾਰੇ ਤੋਂ ਬਾਅਦ ਸਿੱਖ ਕੌਮ ਲਗਭਗ 120 ਦੇਸ਼ਾਂ ਤੋਂ ਵੱਧ ਦੇਸ਼ਾਂ ਦੇ ਵਿੱਚ ਜਾ ਕੇ ਵਸਣ ਲੱਗ ਗਈ ਔਰ ਉਹਨਾਂ ਦੇਸ਼ਾਂ ਦੇ ਵਿੱਚ ਆਪਦੀ ਇੱਕ ਵੱਖਰੀ ਪਹਿਚਾਣ, ਇੱਕ ਵੱਖਰਾ ਹੋਲਡ ਉਹਨਾਂ ਦੇਸ਼ਾਂ ਦੇ ਵਿੱਚ ਬਣਾਇਆ। ਸੋ ਇਹ ਵਰਤਾਰਾ ਜੋ ਵਰਤਿਆ ਇਹਦਾ ਪਿੱਛੇ ਜੇ ਕਿਸਾਨੀ ਜੋ ਅੰਦੋਲਨ ਚੱਲਿਆ, ਜਿਹੜਾ ਜ਼ਮੀਨਾਂ ਦੇ ਹੱਕ ਦੇ ਵਿੱਚ ਕਿਸਾਨ ਵਰਗ ਆਪਦੇ ਹੱਕ ਨੂੰ ਲੈ ਕੇ ਧਰਨੇ 'ਤੇ ਬੈਠਾ ਰਿਹਾ, ਤਾਂ ਉਹ ਉੱਜੜੇ ਹੋਏ ਸਿੱਖ ਸੀ ਜਿਹੜੇ ਅਲੱਗ ਅਲੱਗ ਦੇਸ਼ਾਂ 'ਚ ਗਏ, ਉਹਨਾਂ ਸਿੱਖਾਂ ਨੇ ਉਹ ਫੰਡ ਦੇ ਕੇ ਆਰਥਿਕ ਰੂਪ 'ਚ ਔਰ ਸੋਸ਼ਲੀ ਮੀਡੀਆ ਦੇ ਰਾਹੀਂ ਜਾਂ ਸਰਕਾਰਾਂ 'ਤੇ ਦਬਾਅ ਪਾ ਕੇ ਆਪਦੇ ਜਿਹੜਾ ਭਾਈਚਾਰਾ ਸੀ ਉਹਦਾ ਸਾਥ ਦਿੱਤਾ। ਸੋ ਇਹ ਉਹੀ ਵਰਤਾਰਾ ਜਿਹੜਾ ਕੁਦਰਤ ਦੇ ਵਿੱਚ ਵਰਤਦਾ,
ਕੁਦਰਤ ਦੇ ਵਿੱਚ ਇੱਕ ਛੋਟਾ ਜਿਹਾ ਬੀਜ ਇੱਕ ਦਰਖਤ ਬਣਦਾ, ਉਸ ਦਰਖਤ ਨੂੰ ਫੁੱਲ ਲੱਗਦੇ ਆ, ਫੁੱਲਾਂ ਤੋਂ ਅਗਾਂਹ ਫਲ ਤਿਆਰ ਹੁੰਦੇ ਆ, ਫਿਰ ਉਹ ਫਲ ਅਲੱਗ ਅਲੱਗ ਜਗ੍ਹਾ ਤੇ ਪਹੁੰਚਾਏ ਜਾਂਦੇ ਆ, ਫਿਰ ਉਹ ਖਾਧੇ ਜਾਂਦੇ ਆ, ਔਰ ਉਹਨਾਂ ਦੇ ਬੀਜ ਫਿਰ ਦੁਬਾਰਾ ਨਵੇਂ ਦਰਖਤਾਂ ਨੂੰ ਪੈਦਾ ਕਰਦੇ ਆ। ਇਹ ਕੁਦਰਤ ਦਾ ਫਲਸਫਾ, ਇੱਕ ਕਣਕ ਦਾ ਦਾਣਾ ਕਈ ਦਾਣਿਆਂ ਨੂੰ ਜਨਮ ਦਿੰਦਾ, ਇੱਕ ਅੰਬ ਦਾ ਬੀਜ ਸੈਂਕੜੇ ਅੰਬਾਂ ਨੂੰ ਜਨਮ ਦਿੰਦਾ। ਇਸੇ ਤਰ੍ਹਾਂ ਇੱਕ ਚੰਗੀ ਸੋਚ ਵਾਲਾ ਇਨਸਾਨ ਜਿਹੜਾ ਆਪਣੀ ਚੰਗੀ ਸੋਚ ਨੂੰ ਗਾਂਹ ਦੂਰ ਤੱਕ ਲੈ ਜਾਂਦਾ। ਸੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਫਲਸਫਾ, ਉਹ ਸੋਚ ਅੱਜ ਇਸ ਕਾਇਨਾਤ ਦੇ ਬਹੁਗਿਣਤੀ ਦੇਸ਼ਾਂ ਦੇ ਵਿੱਚ ਬਹੁਤ ਮਜ਼ਬੂਤ ਹੋਲਡ ਬਣਾ ਕੇ ਖੜੀ ਹੋਈ ਹੈ। ਸਰਕਾਰਾਂ ਜਾਂ ਉਹ ਮਨੋਵਿਰਤੀ ਦੇ ਲੋਕ ਜਿਹੜੇ ਮੁੱਢ ਕਦੀਮੀ ਰੂੜੀਵਾਦੀ ਸੋਚਾਂ ਦੇ ਨਾਲ ਭਰਪੂਰ ਸੀ, ਜਿਹੜੇ ਕਿ ਆਮ ਜਨ ਨੂੰ, ਮਿਹਨਤੀ ਵਰਗ ਨੂੰ, ਕਿਰਤੀ ਵਰਗ ਨੂੰ ਸ਼ੂਦਰ ਦੇ ਰੂਪ 'ਚ ਹੀ ਮੰਨਦੇ ਸੀ, ਉਹਨਾਂ ਦੇ ਸੀਨੇ 'ਚ ਉਹ ਜੋ ਦਰਦ ਪੀੜ ਹਮੇਸ਼ਾ ਹੀ ਰਿਹਾ ਕਿ ਇਹ ਸ਼ੂਦਰ ਲੋਕ ਨੇ ਜਿਹੜੇ, ਇਹਨਾਂ ਨੂੰ ਗੁਰੂ ਸਾਹਿਬ ਨੇ ਉੱਚਾ ਚੱਕ ਕੇ ਸਾਡੇ ਬਰਾਬਰ ਬਿਠਾ ਦਿੱਤਾ। ਤਾਂ ਉਹ ਆਪਦੀ ਜਿਹੜੀ ਪੀੜ ਆ ਜਾਂ ਦਰਦ ਆ, ਉਹ ਆਨੇ ਬਹਾਨੇ ਜਿਹੜਾ ਉਹ ਇਸ ਧਰਮ ਨੂੰ ਖਤਮ ਕਰਨ ਦਾ ਤਕੀਦਾ ਕਰਦੇ ਰਹਿੰਦੇ ਆ, ਸੋਚਦੇ ਰਹਿੰਦੇ ਆ ਜਾਂ ਬਹਾਨਾ ਲੱਭਦੇ ਰਹਿੰਦੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਉਹ ਬੀਜ ਨੇ ਜਿਹੜੇ ਬੀਜਾਂ ਦਾ ਸਰਵਨਾਸ਼ ਕਦੇ ਹੋ ਨਹੀਂ ਸਕਦਾ। ਓਸ਼ੋ ਆਪਣੀ ਸਪੀਚ ਦੇ ਵਿੱਚ ਕਹਿੰਦਾ ਹੈ ਕਿ ਜਦੋਂ ਤੱਕ ਇਸ ਧਰਤੀ 'ਤੇ ਇੱਕ ਅਖੀਰਲਾ ਸਿੱਖ ਵੀ ਜਾਂਦਾ ਹੈ ਤਾਂ ਖਾਲਸਾ ਰਾਜ ਦਾ ਜਿਹੜਾ ਸੰਕਲਪ ਉਹ ਖਤਮ ਨਹੀਂ ਹੋ ਸਕਦਾ। ਸੋ ਇਹ ਉਹ ਬੀਜ ਨੇ ਜਿਨ੍ਹਾਂ ਦਾ ਸਰਵਨਾਸ਼ ਨਾ ਹੋਇਆ, ਨਾ ਹੋ ਸਕਣਾ, ਅਤੇ ਭਾਵੇਂ ਇਹਦੇ ਸਰਵਨਾਸ਼ ਲਈ ਕਈ ਤਾਕਤਾਂ, ਕਈ ਦੇਸ਼ ਕਿਉਂ ਨਾ ਇਕੱਠੇ ਹੋਏ। ਸੋ ਮੂਲ ਰੂਪ ਦੇ ਵਿੱਚ ਜੋ ਵਿਚਾਰ ਹੈ ਉਹ ਇਹੀ ਹੈ ਕਿ ਸਾਡਾ ਜੋ ਸਿੱਖ ਧਰਮ, ਸਿੱਖ ਸ਼ਬਦ ਸੀ, ਗੁਰੂ ਨਾਨਕ ਦੇਵ ਜੀ ਨੇ ਇੰਨਾ ਸਾਦਾ ਅੱਖਰ, ਇੱਦਾਂ ਸਾਦਾ ਸ਼ਬਦ ਇਸ ਕਰਕੇ ਸਾਨੂੰ ਦਿੱਤਾ ਸੀ ਕਿ ਅਸੀਂ ਹਮੇਸ਼ਾ ਯਾਦ ਰੱਖ ਸਕੀਏ ਕਿ ਹਰੇਕ ਸਥਿਤੀ, ਹਰੇਕ ਮਾਹੌਲ ਦੇ ਵਿੱਚੋਂ ਅਸੀਂ ਕੁਛ ਨਾ ਕੁਛ ਸਿੱਖਣਾ ਹੈ। ਪਰ ਸਾਡਾ ਜੋ ਭਾਈਚਾਰਾ ਹੈ ਇਹਦੇ ਵਿੱਚ ਅੱਤ ਦਰਜੇ ਦੀ ਮਿਲਾਵਟ, ਡੇਰਾਵਾਦ ਦੇ ਜ਼ਰੀਏ ਜਾਂ ਗਲਤ ਅਨਸਰਾਂ, ਗਲਤ ਮਾਨਸਿਕਤਾ ਦੇ ਜ਼ਰੀਏ ਕਰ ਦਿੱਤੀ ਗਈ ਹੈ, ਔਰ ਮੂਲ ਮੁੱਦਿਆਂ ਤੋਂ ਭਟਕਾਉਣ ਦੇ ਲਈ ਕੋਈ ਨਾ ਕੋਈ ਨਵੇਂ ਮੁੱਦੇ ਹਰ ਪਲ ਹਰ ਤਰੀਕੇ ਪੈਦਾ ਕੀਤੇ ਜਾਂਦੇ ਆ। ਔਰ ਜੋ ਸਿੱਖਾਂ ਨੂੰ ਆਪਦੀ ਸਵੈ ਪੜਚੋਲ ਕਰਨੀ ਚਾਹੀਦੀ ਆ, ਉਸ ਪੜਚੋਲ ਦਾ ਤਾਂ ਸਿੱਖਾਂ ਦੇ ਕਿਤੇ ਚਿੱਤ ਚਿੱਤ 'ਚ ਖਿਆਲ ਵੀ ਨਹੀਂ ਆਉਂਦਾ। ਸੋ ਉਮੀਦ ਕਰਦੇ ਹਾਂ ਉਹ ਚੰਦ ਲੋਕ, ਉਹ ਗਿਣਤੀ ਦੇ ਲੋਕ ਜਿਹੜੇ ਹਿਰਦੇ ਦੀ ਵਿਸ਼ਾਲਤਾ ਨਾਲ ਜਿਉਂਦੇ ਨੇ, ਕਿਸੇ ਵੀ ਧਰਮ 'ਚ ਹੋ ਸਕਦੇ ਨੇ, ਔਰ ਧਰਮਾਂ ਨੂੰ ਉਸ ਪਰਿਪੂਰਨ ਪਰਮਾਤਮਾ ਤੱਕ ਪਹੁੰਚਣ ਦਾ ਰਾਸਤਾ ਮੰਨਦੇ ਨੇ, ਇਸ ਵਿਚਾਰਧਾਰਾ ਨੂੰ ਦਿਲ ਦੀਆਂ ਗਹਿਰਾਈਆਂ ਔਰ ਖੁੱਲ੍ਹੇ ਦਿਮਾਗ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨਗੇ, ਔਰ ਹੋਰ ਵੀ ਸੱਜਣ ਭੈਣ ਭਾਈਆਂ ਤੱਕ ਇਸ ਗੱਲ ਨੂੰ ਸ਼ੇਅਰ ਕਰਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੀਆਂ ਗੱਲਾਂ ਨੂੰ ਜਗ ਜ਼ਾਹਰ ਕਰਨ ਦੇ ਵਿੱਚ ਮਦਦ ਕਰਨਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।